ਮੰਨਣ ਵਿੱਚ ਜਾ। ਸੋਹਣੀ ਚਾਹੇ ਸਾਰੀ ਜ਼ਿੰਦਗੀ ਜਾ, ਸੱਚ ਹੈ ਨਾਲ ਤਾਂ ਤੇਰੇ ਚੰਗੇ ਕਰਮ ਕਰਕੇ ਜਲ ਗਿਆ ਉਹ ਜਾਣ। ਅਰਦਾਸਾਂ ਕਰਾਈ ਜਾਏਗੀ, ਜਿਉਂਦੇ ਨੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਿਆ, ਮਰੇ ਤੇ ਕਰੀਏ ਸੱਚੇ ਪਾਤਸ਼ਾਹ, ਇਹ ਜਦੋਂ ਰਸਮ ਅਦਾ ਚੱਲੀ ਆਈ ਹੈ, ਪਰ ਜੋ ਬਾਣੀ ਕਹਿੰਦੀ ਹੈ ਉਹ ਸੱਚ ਕਹਿੰਦੀ ਹੈ। ਕੀ ਕਹਿੰਦੇ ਹੈ ਸਤਿਗੁਰੂ? ਕਹਿੰਦੇ ਇਹ ਇਨਸਾਨ ਇਹਨਾਂ ਨਿਦਰਾਂ ਨਾਲ ਤਾਂ ਪਰਮੇਸ਼ਵਰ ਦਾ ਦਰਸ਼ਨ ਕੀਤਾ ਨਹੀਂ। ਕਹਿੰਦੇ ਇਹਨਾਂ ਤੰਨਾਂ ਨਾਲ ਸਰਵਣੀ ਸੁਣਾ ਗੁਰਨਾਮ, ਸਤਿਗੁਰ ਸੇਤੀ ਵਧੇ ਆ, ਪਰਮੇਸ਼ਵਰ ਦੀ ਬਾਣੀ ਨਾਲ ਲੰਘਿਆ ਗਿਆ, ਰੰਗ ਚੜ ਗਿਆ, ਧਰਕੇ ਪਾਈਏ ਥਾਂ। ਬਾਣੀ ਇੱਥੇ ਤੱਕ ਕਹਿੰਦੀ ਹੈ ਤੂੰ ਪਰਮੇਸ਼ਵਰ ਦਾ ਸਿਮਰ ਨਹੀਂ ਕੀਤਾ, ਸਿਮਰ ਕਰ ਤਾਂ ਤੇਰੇ ਨਾਲ ਜਾਏਗਾ, ਹੋਰ ਤਾਂ ਸਭ ਕੁਛ ਇੱਥੇ ਰਹੇਗਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਜਿਹਨਾਂ ਨੇ ਬਾਣੀ ਦੁਆਰਾ ਸ਼ਸ਼ੋਰਤ ਕਰਕੇ ਕਿਹਾ, ਕੀ ਕਹਿੰਦੇ ਹੈ ਇਹ ਇਨਸਾਨ? ਇੱਥੇ ਕੋਈ ਕਿਸੇ ਦਾ ਨਹੀਂ, ਜਨਮ ਪਿਤਾ ਲੋਕ ਸਤਵਾਦਾ ਕੋਈ ਨਾ ਕਿਸ ਕੀ ਕਰਿਆ, ਸਿਰ ਸਿਰ ਇੱਕ ਸਵਾਏ ਠਾਕਰ ਕਾਲੇ ਮਨ ਪਉ ਕਰਿਆ, ਤੂੰ ਦੈ ਉੜ ਆਵੈ ਸਹਿ ਕੋਸਾ, ਇਸ ਪਾਸੇ ਵਛੜੇ ਛੜਿਆ, ਤੇਰੇ ਕਵਨ ਖੁਲਾਵੈ ਕਵਨ ਜਗਾਵੈ, ਮਨ ਮੈਂ ਸਿਮਨ ਕਰਿਆ, ਸਾਵਧਾਨ ਦਸ ਅਰਸ ਦਾ ਠਾਕਰ ਕਰ ਤਰਿਆ। ਸੁਣਦੇ ਪੰਜਵੇਂ ਪਾਤਸ਼ਾਹ, ਪਾਤਸ਼ਾਹ ਕਹਿੰਦੇ ਹਾਂ ਸਿੱਖਾਂ ਆਪਾਂ ਥੋੜਾ ਸਮਾਂ ਲਾ ਕੇ ਸੰਪੂਰਤਾ ਕਰਨੀ ਹੈ, ਜ਼ਿਆਦਾ ਸਮਾਂ ਨਹੀਂ ਲਾਉਣਾ। ਖਾਲਸਾ ਜੀ ਕੇ ਬੋਲ ਵਾਲੇ, ਖਾਲਸਾ ਸਾਹਿਬ ਬੋਲੋ ਜੀ।
ਸਿੱਖਾਂ ਨੂੰ ਸਚੀਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਾਦਾਨ ਸਾਦਾਨ ਦਾਨਾ ਸਦਾਨ ਨਾਮ ਦਾਨ ਸ੍ਰੀ ਅਮਰਦਾਸ ਸਰ ਸਾਹਿਬ ਜੀ ਕੇ ਦਰਸ਼ਨ ਸਦਾਨ ਚੌਕੀਆਂ ਝੰਡੇ ਹੋਗੇ ਪ੍ਰਸਾਦ ਸੰਤ ਦੇ ਪ੍ਰਤਮ ਜੀ ਆ ਗਿਆ ਹੋਗੇ ਸਤਿਆਵ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦਾਰੇ ਸੇ ਪ੍ਰਕਾਰ ਪਾਪ ਨੂੰ ਹੁਕਮਨਾ ਤੇ ਬਖਸ਼ ਕੇ ਨਹਾਰ ਕਰੋ ਹੁਕਮਨਾ ਤੇ ਜੇ ਚੱਲੇ ਸੁਨਤਾ ਬਖਸ਼ੋ ਸਮੂਹ ਸੰਗਤ ਲਈ ਦਸ ਮਿੰਟ ਦੇ ਬਾਜੂ ਕਹਿ ਕੇ ਬਿਨ ਸੁਣੋ ਰੇ ਸਭ ਤੋਂ ਕੀ ਨਹੀਂ ਕਰੋ ਨਾ ਮੇਰਾ ਆਪ ਵੀ ਵਾਰ ਬਖਸ਼ ਬੰਦੇ ਤੋਂ ਬਹੁਤ ਨਾ ਪੌਦੇ ਮੇਰਾ ਬਸ ਅਜੀ ਸਰਬਤ ਦਾ ਭਲਾ ਕਰਨਾ ਪਰ ਦੂਜਾ ਵੀ ਕਲਾ ਬਖਸ਼ ਨਹੀਂ ਸਹੀ ਪਿਆਰੇ ਮਤਲਬ ਜਿਹਨਾਂ ਅਮਰਾਦ ਦਾ ਨਾਮ ਚੇਤਾ ਮੈਂ ਨਾਨਕ ਦਾ ਰਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਪਰਾ ਬੋਲੇ ਤੁਮਾਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੁਹਿੰਦ ਤੁਮਾਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੁਹਿੰਦ ਸਮਾਜ ਨੂੰ ਵੀ ਚੰਗੇ ਵਿਅਕਤੀਆਂ ਦਾ ਚਲੇ ਜਾਂਦਾ ਬਹੁਤ ਵੱਡਾ ਘਾਟਾ ਅੱਜ ਸਾਰੇ ਪਰਿਵਾਰ ਦੇ ਜੋ ਸ਼ਰੀਕ ਹੋਣ ਵਾਸਤੇ ਸਾਰੇ ਆਏ ਹਨ ਦਸ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਸਾਡਾ ਕੇਂਦਰੀ ਸਮੁੱਚੀ ਜਥੇਬੰਦੀ ਵੱਲੋਂ ਪਰਿਵਾਰ ਦੇ ਜੋ ਸ਼ਰੀਕ ਹੁੰਦਾ ਹੋਇਆ ਆਪਾਂ ਸੈਂਟਰੀ ਵਿੱਚ ਅਰਦਾਸ ਕੀਤੀ ਹੈ ਪਹਿਲਾਂ ਔਰ ਇਹ ਬੇਨਤੀ ਵੀ ਕਰੀਏ ਕਿ ਮੇਰੇ ਹਰ ਜੀਓ ਸਭ ਕੋਲ ਤੇਰੇ ਵਾਸਤੇ ਅਸਾਂ ਜੋੜ ਨਹੀਂ ਕਿ ਕਿਸ ਘਰ ਨੂੰ ਸਾਕ ਹੈ ਜੋ ਸਾਬ ਹੈ ਕਿਵੇਂ ਵਾਸਤੇ ਤੁਹਾਡਾ ਤੁਹਾਡੀ ਜਮਾ ਵਾਹਿਗੁਰੂ ਜੀ ਦਾ ਕਰਤਾ ਸਰਦਾਰ ਅਮਰਜੀਤ ਸਿੰਘ ਇਹਨਾਂ ਦੇ ਧਰਮ ਸਤਰੀ ਅਤੇ ਭੈਣ ਰਵਿੰਦਰ ਕੌਰ ਜੀ ਇਹ ਪਰਿਵਾਰ ਵਿੱਚ ਮਤਲਬ ਸਭ ਤੋਂ ਵੱਡੇ ਸੀ ਵਾਜਪਾ ਅਮਰਜੀਤ ਸਿੰਘ ਜੀ ਆਪਣੇ ਪੰਜਾਂ ਭੈਣਾਂ ਭਰਾਵਾਂ ਵਿੱਚ ਵੱਡੇ ਸੀ ਅਤੇ ਦੋ ਭੈਣਾਂ ਇਹਨਾਂ ਦੇ ਅਤੇ ਦੋ ਭਰਾ ਹੈ ਉਹਦੇ ਛੋਟੇ ਸੀ ਇਹਨਾਂ ਨੇ ਮਤਲਬ ਆਪਣੇ ਮਦਰ ਦੇ ਫਾਦਰ ਦੇ ਨਾਲ ਮਿਲ ਕੇ ਸਾਰੇ ਮਤਲਬ ਕਬੀਲਦਾਰੀ ਜਿਹੜੀ ਜਿਹਦਾ ਆਪਾਂ ਕਬੀਲਦਾਰੀ ਪੰਜਾਬੀ ਚ ਵਰਤਦੇ ਹਾਂ ਕਿ ਉਹ ਨੇਤਰੇ ਜਾਣੀ ਛੋਟੇ ਪਿੰਡ ਦਾ ਮਤਲਬ ਐਜੂਕੇਸ਼ਨ ਲਾਉਣ ਤੱਕ ਅਤੇ ਉਹਨਾਂ ਨੂੰ ਸੰਸਥਾ ਲਾਉਣ ਲਈ ਅਤੇ ਹੋਰ ਉਹਨਾਂ ਦੇ ਜੋ ਕਾਰਜ ਸੀ ਸਾਰੇ ਮਤਲਬ ਇਹਨਾਂ ਨੇ ਆਪਣੇ ਮਾਤਾ ਪਿਤਾ ਦੇ ਨਾਲ ਮਿਲ ਕੇ ਆ ਜਿਹੜੇ ਜਿੰਨਾ ਰੋਲ ਮੇਰੇ ਮਾਂ ਪਿਓ ਦਾ ਹੈ ਮੇਰੇ ਜੀਵਨ ਵਿੱਚ ਉਹ ਤੋਂ ਵੱਧ ਮੈਂ ਇਸ ਮਹਾਂਪੁਰਸ਼ ਦਾ ਸਮਝਦਾ ਜੋ ਉਹਨਾਂ ਨੇ ਵਿਦਿਆ ਦੇ ਨਾਲ ਨਾਲ ਮੈਨੂੰ ਜੀਵਨ ਦਿੱਤਾ ਜੀਵਨ ਦਾ ਢੰਗ ਦਿੱਤਾ ਇਹ ਜਿਹੜੇ ਉਸਤਾਦ ਹੁੰਦੇ ਨੇ ਜਿਹੜੇ ਟੀਚਰ ਹੁੰਦੇ ਨੇ ਗਿਆਨ ਦੇਣ ਵਾਲੇ ਹੁੰਦੇ ਨੇ ਜਿਵੇਂ ਜਥੇਦਾਰ ਜੀ ਨੇ ਗੱਲ ਕਹੀ ਹੈ ਨਾ ਇਹ ਤਾਂ ਸਾਡੇ ਸਮਾਜ ਦੇ ਉਸਰੇਜੇ ਹੈ ਉਹਦਾ ਪਿਛੋੜਾ ਵੀ ਪਰਿਵਾਰ ਨੂੰ ਬੜਾ ਦੁੱਖ ਦੇ ਕੇ ਗਿਆ ਅਤੇ ਪਰਸੋਂ ਤੁਸੀਂ ਸਾਰੇ ਅੱਜ ਮੇਰੇ ਸਰਦਾਰ ਨੂੰ ਫੁੱਕਰ ਜੀ ਸਰਦਾਰ ਅਮਰਜੀਤ ਸਿੰਘ ਦੇ ਦੁੱਖ ਦੇ ਵਿੱਚ ਸਹਿਮ ਹੋ ਦੁੱਖ ਮਨਾਇਆ ਪਰਿਵਾਰ ਦੇ ਨਾਲ ਤੁਹਾਡਾ ਸਾਰੇ ਦਾ ਪ੍ਰਵਾਸ ਕਰਦੇ ਹਾਂ ਸਾਬਕਾ ਸਿੰਘ ਜੀ ਮਹਿਤਪੁਰੀ ਜੋ ਸਰਕਾਰ ਦੇ ਕੰਮ ਕਰਦੇ ਜਾਂਦੇ ਉਹ ਵੀ ਹੈ ਉਹਨਾਂ ਨੂੰ ਕੀ ਆਖਦੇ ਹਾਂ ਸਾਰੀ ਸੰਗਤ ਜਿਹੜੀ ਇਸ ਪਰਿਵਾਰ ਦਾ ਦੁੱਖ ਸਾਂਝਾ ਕਰਨ ਵਾਸਤੇ ਹੈ ਮੈਂ ਆਪੇ ਕੋਲੋਂ ਆਪਣੇ ਪਰਿਵਾਰ ਨੂੰ ਸਾਰੀ ਸੰਗਤ ਦਾ ਪ੍ਰਵਾਸ ਕਰਦਾ ਧੰਨ ਧੰਨ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦਾ ਉਸ ਵਿੱਚ ਵੀ ਗੁਰੂ ਹੈ ਜੋ ਆਪਣੇ ਜਾਦਾ ਸਨਮਾਨ ਕਰਕੇ ਸਾਨੂੰ ਸਾਰਿਆਂ ਨੂੰ ਤੁਹਾਨੂੰ ਮਨਾਉਣ ਵਾਸਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੇਰੇ ਹੱਥ ਸਰਤੀ
ਨੂੰ ਮਿਲਦੀ ਹੈ ਉਹੀ ਅਮੀਰ ਨੂੰ ਮਿਲਦੀ ਹੈ। ਕਦੇ ਇਉਂ ਹੋਇਆ ਵੀ ਪਿਤਾ ਜੀ ਨੂੰ ਅਸੀਂ ਸੋਨੇ ਦੀ ਸੀੜੀ ਤਿਆਰ ਕਰਾ ਕੇ ਸੰਸਕਾਰ ਕਰਨਾ, ਜੀਬਾਂ ਵੀ ਬੋਲ ਦਿੰਦੇ ਆ, ਜੀਬਾਂ ਵੀ ਉੱਚੇ ਮੰਦਰ ਸੁੰਦਰ ਨਾਰੀ ਇਹ ਇਨਸਾਨ ਸੋਝੀ ਕਿਉਂ ਨਹੀਂ ਆਉਂਦੀ ਸਾਨੂੰ? ਉੱਚੇ ਮੰਦਰ ਸੁੰਦਰ ਨਾਰੀ ਔਰਤ ਦੇ ਮਾਣ ਕਰੀ ਜਾਂਦਾ ਹੈ। ਨਾਲੇ ਪਤਾ ਜਾਗਣੀ ਹੰਸ ਤਰੀਏ ਕਾਇਆ ਪ੍ਰੇਤ ਬਣ ਗਿਆ। ਕੈਸੀ? ਪਰਮੇਸ਼ਰ ਦੀ ਰਚਨਾ। ਸਤਿਗੁਰੂ ਕਹਿੰਦੇ ਆ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਨਾਰੀ, ਬਾਜੀ ਤੁਰ ਗਿਆ। ਇੱਕ ਜੀ ਨੇ ਸੁਣ ਲਈ, ਉਹਨੇ ਆਪਣੇ ਜੀਵਨ ਚ ਮੰਨਣ ਵਿੱਚ ਲਿਆ। ਸੋਹਣੀ ਚਾਹੇ ਸਾਰੀ ਜ਼ਿੰਦਗੀ ਜਾਓ, ਸੱਚ ਹੈ ਨਾਲ ਤਾਂ ਤੇਰੇ ਚੰਗੇ ਕਰਮ ਕਰਕੇ ਜਲ ਗਿਆ ਉਹ ਜਾਣਾ ਹੈ। ਅਰਦਾਸਾਂ ਕਰਾਈ ਜਾਏਗੀ, ਜਿਉਂਦੇ ਨੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਿਆ। ਮਰੇ ਦੇ ਕਰੀਏ ਸੱਚੇ ਪਾਤਸ਼ਾਹ, ਇਹ ਜਦੋਂ ਰਸਮ ਅਦਾ ਚੱਲੀ ਆਈ ਹੈ, ਪਰ ਜੋ ਬਾਣੀ ਕਹਿੰਦੀ ਹੈ ਉਹ ਸੱਚ ਕਹਿੰਦੀ ਹੈ। ਕੀ ਕਹਿੰਦੇ ਆ ਸਤਿਗੁਰੂ? ਕਹਿੰਦੇ ਇਹ ਇਨਸਾਨ ਇਹਨਾਂ ਨਿਦਰਾਂ ਨਾਲ ਤਾਂ ਪਰਮੇਸ਼ਰ ਦਾ ਦਰਸ਼ਨ ਕੀਤਾ ਨਹੀਂ। ਕਹਿੰਦੇ ਇਹਨਾਂ ਕੰਨਾਂ ਨਾਲ ਸਰਵਣੀ ਸੁਣਾ ਗੁਰਨਾਮ, ਸਤਿਗੁਰ ਸੇਤੀ ਵਧੇ ਆ ਪਰਮੇਸ਼ਰ ਦੀ ਬਾਣੀ ਨਾਲ ਲੰਘਿਆ ਗਿਆ, ਰੰਗ ਚੜ ਗਿਆ। ਤਰ ਕੇ ਪਾਈਏ ਥਾਂ ਬਾਣੀ ਇੱਥੇ ਤੱਕ ਕਹਿੰਦੀ ਹੈ ਤੂੰ ਪਰਮੇਸ਼ਰ ਦਾ ਸਿਮਰ ਨਹੀਂ ਕੀਤਾ, ਸਿਮਰ ਦਾ ਤਾਂ ਤੇਰੇ ਨਾਲ ਜਾਏਗਾ, ਹੋਰ ਤਾਂ ਸਭ ਕੁਛ ਇੱਥੇ ਰਹਿ ਜਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਜਿਹਨਾਂ ਨੇ ਬਾਣੀ ਦੁਆਰਾ ਸ਼ਸ਼ੋਰਤ ਕਰਕੇ ਕਿਹਾ, ਕੀ ਕਹਿੰਦੇ ਹੈ ਇਹ ਇਨਸਾਨ? ਇੱਥੇ ਕੋਈ ਕਿਸੇ ਦਾ ਨਹੀਂ, ਜਨਮ ਪਿਤਾ ਲੋਕ ਸਤਵਾਦਾ ਕੋਈ ਨਾ ਕਿਸਕੀ ਕਰਿਆ, ਸਿਰ ਸਿਰ ਇੱਕ ਸੁਆਏ ਖਾਤਰ ਕਾਏ ਮਨ ਪਉ ਕਰਿਆ, ਉਡੈ ਉੜ ਆਵੈ ਸਹਿ ਕੋਸਾ, ਇਸ ਪਾਸੇ ਵਛੜੇ ਛੜਿਆ, ਤਿਲ ਕਵਨ ਖੁਲਾਵੈ ਕਵਨ ਚੜਾਵੈ ਮਨ ਮੈਂ ਸਿਮਨ ਕਰਿਆ, ਸਾਵਧਾਨ ਦਸ ਅਰਸ ਦਾਨ ਠਾਕਰ ਕਰ ਕਰਦਾ ਰਿਹਾ। ਸੁਣਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ ਸੋਝੀ ਆ ਮੰਗੋ ਰਾਮ ਤੇ ਦਾਨ, ਸਗਲ ਮਨੋਰਥ ਪੂਰਨ ਹੋਵੇ ਸਿਮਰ ਤੁਮਰਾ ਨਾਮ। ਸੱਚੇ ਪਾਤਸ਼ਾਹ ਬਸ ਸਿਮਰ ਨਹੀਂ ਕਰਦੇ ਰਹੀਏ, ਆਉਂਦੇ ਸਵਾਸ ਜਾਂਦੇ ਸਵਾਸ ਇਹ ਮੰਗਦੇ ਹੈ, ਕੋਈ ਆ ਕੇ ਜਾਇਦਾਦਾਂ ਮੰਗਦਾ ਹੈ, ਕੋਈ ਕੁਛ ਮੰਗਦਾ ਹੈ, ਆਪੋ ਆਪਣੀ ਭਾਵਨਾ। ਇੱਕ ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕਰਦਾ ਸੱਚੇ ਪਾਤਸ਼ਾਹ, ਦੁਨੀਆਂ ਤੇ ਬੜੇ ਲੋਕ ਗੁਰੂ ਦਾ ਪਾਣਾ ਮੰਗਦਾ ਹੋਵੇ ਦੁੱਖਾਂ ਵਿੱਚ ਮੁਸੀਬਤਾਂ ਵਿੱਚ ਘਿਰਿਆ ਹੋਵੇ, ਪਰ ਫਿਰ ਵੀ ਗੁਰੂ ਦਾ ਪਾਣਾ ਮੰਗਦਾ ਹੋਵੇ, ਹੈ ਕੋਈ ਐਸਾ? ਜੇ ਹੈ ਤਾਂ ਉਹਦੇ ਦਰਸ਼ਨ ਕਰਾਓ। ਪਾਤਸ਼ਾਹ ਕਹਿੰਦੇ ਹਾਂ ਸਿੱਖਾਂ, ਆਪਾਂ ਥੋੜਾ ਸਮਾਂ ਲਾ ਕੇ ਸੰਪੂਰਤਾ ਕਰਨੀ ਹੈ, ਜ਼ਿਆਦਾ ਸਮਾਂ ਨਹੀਂ ਲਾਉਣਾ। ਸੱਚੇ ਪਾਤਸ਼ਾਹ ਉਹਦੇ ਮੈਨੂੰ ਦਰਸ਼ਨ ਤਾਂ ਕਰਾਓ। ਉਹ ਸਿੱਖ ਹੈ ਕਿ ਹੋ ਜਾ ਸੋ ਦਾ ਕਿਹਾ, ਸੋ ਕਰ ਕਿਹਾ ਜਿਤਵੇ ਸਰਬ ਸੰਭਾਲੇ, ਕਿਹੋ ਜਿਹਾ ਹੋਇਆ ਹੈ? ਪੰਜਵੇਂ ਪਾਤਸ਼ਾਹ ਕਹਿੰਦੇ ਜੇ ਇਹ ਪੁੱਛਿਆ ਸੁਖਾਂ
वाहे गुरु जी की पात्र सहाय सराम दास की सहाय
ਅੰਦਰ ਹੁਣ ਸੇਵਾ ਰਹੋ ਸ੍ਰੀ ਹਰਿ ਰਾਜੇ ਸ੍ਰੀ ਹਰਿਕ੍ਰਿਸ਼ਨ ਤੇ ਆਈਆ ਸਿੱਖੇ ਸਤਿ ਬਜਾਈ ਤੇਗ ਬਹਾਦਰ ਸਿੰਘ ਜੈ ਕਰਨਾਉ ਦਿਆ ਵਰਤਾ ਹੈ ਸਭ ਤੇ ਹੁਣ ਸਹਾਇ ਦਸਮੇ ਪਾਤਸ਼ਾਹ ਸਾਹਿਬ ਸਿੰਘ ਗੁਰੂ ਤੇਗ ਬਹਾਦਰ ਸਿੰਘ ਜੀ ਸਭ ਤੇ ਹੁਣ ਸਹਾਇ ਸਭ ਤੇ ਹੁਣ ਸਹਾਇ ਦਸਾ ਪਾਤਸ਼ਾਹ ਜੀ ਕੀ ਜੋਤ ਦਰਸ਼ਨ ਦਾ ਰਾਜ ਜੀ ਦਾ ਧਿਆਨ ਕਰਕੇ ਖਾਲਸਾ ਸਾਹਿਬ ਉਦੋਂ ਜੀ ਪੰਜਾਂ ਪਿਆਰਿਆ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੱਤੀਆਂ ਅੱਠੀਆਂ ਜੱਤੀਆਂ ਸੱਤੀਆਂ ਜਿਹਨਾਂ ਨਾਮ ਜਪਿਆ ਵੰਡ ਛੱਕਿਆ ਦੇਵ ਚਲਾਈ ਦੇਵ ਵਾਸੀ ਇਸ ਗੋਪਨਾ ਦਾ ਵਾਜਨਾ ਕਰਦੀਆਂ ਨੇ ਸਾਡੇ ਯਾਰਾਂ ਨੇ ਲਾਇਆ ਮੁਖਰਤ ਸਵਾਮੀਆਂ ਦੇ ਘਰ ਨੇ ਹਰ ਵਸਤੀ ਸਦਾ ਸੇ ਸਾਥ ਸਮਾਪਤ ਸਮਾਪਤ ਪਾਣ ਦੇ ਘਰ ਕਰਦੇ ਨੇ ਔਰ ਖਾਲਸਾ ਜੀ ਕੋ ਓ ਵਾਹਿਗੁਰੂ ਓ ਵਾਹਿਗੁਰੂ ਓ ਵਾਹਿਗੁਰੂ ਚਤੇ ਆਵਾ ਜਤੇ ਆਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਨੂੰ ਖਾਲਸਾ ਜੀ ਸਾਹਿਬ ਤਮ ਤਹਾਂ ਚ ਆਇਆ ਇੱਕ ਦੇਖ ਦੇਖ ਪਤਾ ਹੈ ਤੁਰਤ ਕੀ ਕੈਦ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਸਾਹਿਬ ਬੋਲੋ ਜੀ ਸਿੱਖਾਂ ਨੂੰ ਸੱਚੀ ਦਾਨ ਕੇਸ ਦਾਨ ਰਹਿਤ ਦਾਨ ਤਪ ਵੇਖ ਦਾਨ ਸਹਾਉ ਦਾਨ ਉਸਾ ਦਾਨ ਦਾਨਾ ਸਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸਨ ਸਦਾਨ ਚੌਕੀਆਂ ਝੰਡੇ ਉਂਗੇ ਚੁੱਕੋ ਚੁੱਕਿਆ ਡਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਸਿੱਖਾਂ ਦਾ ਮਰਨੀ ਮਾਨ ਮਤ ਜੀ ਮਤ ਪਤ ਕਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਕ ਤਾਰ ਜੀ ਨੂੰ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਨੂੰ ਧਰਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉੱਲੇ ਦਰਸ਼ਨ ਪਦਾਰ ਤੇ ਸੇਵਾ ਸੰਭਾਲਾਂ ਦਾ ਪਿਆਰੇ ਖਾਲਸਾ ਜੀ ਕੋ ਬਖਸ਼ੋ ਜੀ ਹੇਨਵਾਣੀ ਕੇ ਮਹਾਰਗੁਰੂ ਨਤਾਣੀਓ ਕੇ ਤਾਨ ਗੁਰੂ ਨਿਯੋਧਿਆ ਕੇ ਹੋਟ ਨਿਆ ਸਭ ਕਾ ਸ੍ਰੀ ਪਰਮ ਪਿਤਾ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰ ਜੀ ਆਪ ਜੀ ਕੇ ਹੈ ਦੂਰ ਚਰਨਾ ਕਮਲਾਂ ਕੀ ਅਰਦਾਸ ਬਿੰਦ ਸ੍ਰੀ ਆਪ ਜੀ ਦੇ ਮਹਾਂ ਜਿਹਾ ਜਿਹੜੇ ਲਿਖਿਆ ਤਿਹਾ ਹੁਕਮਾ ਹੈ ਘੱਲੇ ਆਵੇ ਨਾਨਕਾ ਸਤੇ ਉਤਜਾ ਦੇ ਮਹਾਂਪਾਤਸ਼ਾਹ ਸਾਹਿਬ ਤਪ ਦਾ ਤਖਤ ਸੇਵਕ ਬੀਬੀ ਬਲਿੰਦਰ ਕੌਰ ਪਾਤਸ਼ਾਹ ਸੀ ਉਹ ਕੋ ਦਰਬੈਲਾ ਪਰਿਵਾਰ ਨੂੰ ਸਦੀਪ ਕਿਸ਼ੋੜਾ ਨੇ ਆਕਾਰ ਚਣਾ ਕਰਕੇ ਸਪਸ਼ਟ ਉਹਨਾਂ ਦੇ ਮਿੱਠੇ ਦੇ ਪਿਆਰੀ ਯਾਦ ਵਿੱਚ ਪਾਸਾ ਉਹਨਾਂ ਦੇ ਪਿੱਛੇ ਲਗਵਾਰ ਪਾਸੇ ਉਹਨਾਂ ਦੇ ਧਰਮ ਪ੍ਰਤੀ ਮਰਕਤ ਹੈ ਅੰਮ੍ਰਿਤ ਸਿੰਘ ਦੇ ਪਾਸਾ ਸਮੂਹ ਪਰਿਵਾਰ ਵੱਲੋਂ ਬਖਸ਼ ਗਿਆ ਕਿਉਂਕਿ ਆਪਣੇ ਚਰਨ ਪੁਆ ਕੇ ਤੁਰਕੀ ਬਾਣੀ ਆਈ ਤਨ ਸਗਲੇ ਚਟ ਪੜਾਏ ਸ੍ਰੀ ਸਾਹਿਬ ਪਾਠਨਾ ਹੋਏ ਆਪ ਜੀ ਮਹਾਨ ਕਿਰਪਾ ਸਹਿਯੋਗ ਸ੍ਰੀ ਸਾਹਿਬ ਪਾਠੇ ਪਾਸਾ ਘਰ ਵਿੱਚ ਕੋਕਾਂ ਤੋਂ ਪ੍ਰਾਪਤ ਆਪ ਜੀ ਦੀ ਪਾਵਨ ਨੂੰ ਦੱਸ ਸਹੀ ਜੋ ਹਰੀ ਰਸ ਕੀਰਤਨ ਕੋ ਸ਼ਬਦ ਵਿਚਾਰ ਛੇ ਪੌੜੀਆਂ ਆਨੰਦ ਸਾਰੇ ਆਪ ਨੂੰ ਪਾਸਾ ਸੇਵਾ ਕਰਦੇ ਆ ਕੀਰਤਨ ਕਰਦੇ ਆ ਬਾਣੀ ਪੜ੍ਹਦੇ ਆ ਵਿਚਾਰਾ ਕਰਦੇ ਆ ਹੁਣ ਆਨੇਕਾ ਹੀ ਪ੍ਰਕਾਰ ਦੀਆਂ ਭੁੱਲਾ ਚੁੱਕਾ ਕਰਦੀ ਆ ਬਖਸ਼ਣੀਆਂ ਦੇ ਵੱਧ ਸਮਰਥ ਬਖਸ਼ਦੀ ਬੜੇ ਸਨਮਾਨ ਦਾ ਭਾਵ ਪੜ੍ਹ ਕੇ ਸੁਣਦੇ ਪਰਿਵਾਰ ਦੇ ਸੰਗਤਾਂ ਦੇ ਹਿਰਦੇ ਵਿੱਚ ਬੜਾ ਪਾਸਾ ਬੜੀ ਸੁਣੀ ਦਾ ਭਾਵ ਵਿੱਚ ਜਿਹੜੀ ਆਪ ਨੂੰ ਚਾਹੁੰਦਾ ਕਿਰਪਾ ਕਰੀ ਪਾਸਾ ਜੀ ਆਪ ਦੀ ਬੱਚੀ ਕੋਲ ਇਸ ਸੰਸਾਰ ਵਿੱਚ ਰਚਨਾ ਪਾਸਾ ਜਾਣਿਆ ਜਾਣਦੇ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਕਰਦੀਆਂ ਬਖਸ਼ਣੀਆਂ ਦੇ ਵੱਧ ਸਮਰਥ ਪਾਠ ਵਾਸਤੇ ਕਿਰਪਾ ਕਰੀ ਪਾਸਾ ਜੀ ਚਰਨਾ ਕਮਲਾਂ ਕੇ ਨਿਵਾਸ ਬਖਸ਼ਣਾ ਆਵਾ ਗਾਉਂ ਦੇ ਪਾਸਾ ਜੀ ਚੱਕਰਾ ਬਖਸ਼ਣਾ ਪਾਸਾ ਸੰਜੀਵ ਕਾਲ ਦੇ ਪਾਸੇ ਨਿਵਾਸ ਬਖਸ਼ਣਾ ਕਿਸੇ ਪਰਿਵਾਰ ਨੂੰ ਆਪਦੇ ਪਵਾਰ ਹੋਇਆ ਪ੍ਰਸਾਦ ਸੰਤ ਦੇ ਪ੍ਰਦਾਨੀ ਆ ਗਿਆ ਹੋ ਜੋ ਸਕਿਆ ਜੀ ਦਾ ਨਾਮ ਸਤਰਾਮ ਸ੍ਰੀ ਵਾਹਿਗੁਰੂ ਤੋਂ ਵਾਹਿਗੁਰੂ ਦੇ ਪੇਸ਼ ਕਰ ਦੋ ਦਾਇ ਸੇ ਪ੍ਰਕਾਰ ਨੂੰ ਪਾਵਨ ਹੁਕਮਾਂ ਦੇ ਬਖਸ਼ ਕੇ ਹਾਲ ਕਰੋ ਹੁਕਮਾਂ ਨਾਲ ਤੇ ਜੈ ਚੱਲੇ ਸੁਨਤਾ ਬਖਸ਼ੋ ਸਮੂਹ ਸੰਗਤ ਦੀ ਅਰਦਾਸ ਬਿੰਦ ਦੇ ਬਾਦਲ ਕਹਿ ਕੇ ਬਿੰਦ ਸਮੋ ਰਿਹਾ ਸਭ ਤੋਂ ਕਿ ਨਹੀਂ ਕਰੋ ਨਾ ਮੇਰਾ ਆਪ ਕੀ ਵਾਰ ਬਖਸ਼ ਬੰਦੇ ਤੋਂ ਬਹੁਤ ਨਾ ਪੌਦੇ ਮੇਰਾ ਬਸਾ ਜੀ ਸਰਬਤ ਦਾ ਭਲਾ ਕਰਨਾ ਪਾਣ ਦੂਜਾ ਜੀ ਕਲਾ ਬਖਸ਼ ਨੇ ਸਹੀ ਪਿਆਰੇ ਮਤਲਬ ਜਿਹਨਾਂ ਦਾ ਨਾਮ ਵਿੱਚ
ਚਿਤਾ ਵਾਇ ਨਾਨਕ ਰਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਪ੍ਰਹਾਸਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਆਖਿਆ ਪਹਿਲਾ ਕਾਲ ਕੇ ਕਰਵਾਈ ਕਰਾਇਓ ਸਭ ਸਿੱਖਣ ਕਰੋ ਹੁਕਮ ਹੈ ਗੁਰੂ ਮੰਨਿਓ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਤਬੋਧ ਹੈ ਕੋਜ ਸਭ ਮੇ ਰਾਜ ਰਹੇਗਾ ਖਾਲਸਾ ਲਗੀ ਵਾਰ ਹੋਏ ਸਭ ਮਨ ਬਣੇ ਸ਼ਰਨ ਕਰੋ ਵਾਹਿਗੁਰੂ ਨਾਮ ਕੌਰ ਜੀ
ਦੋਵੇਂ ਹੀ ਨਿੱਘੇ ਸੁਭਾਅ ਦੇ ਇਸ ਨਗਰ ਦੇ ਵਿੱਚ ਅਤੇ ਹੋਰ ਨਗਰਾਂ ਦੇ ਵਿੱਚ ਉਹਨਾਂ ਨੂੰ ਸਕੂਲਾਂ ਦੇ ਵਿੱਚ ਸੇਵਾ ਮਿਲੀ, ਬੱਚਿਆਂ ਨੂੰ ਵਿੱਦਿਆ ਦਾਨ ਬਖਸ਼ਿਆ ਔਰ ਇਸ ਨਗਰ ਵਿੱਚ ਕਿਸ ਗੁਰੂ ਘਰ ਦੇ ਨਾਲ ਜੁੜੇ ਹੋਏ ਹਨ ਉਹਨਾਂ ਦਾ ਜੋ ਬੇਟਾ ਹੈ ਹਰਦੀਪ ਸਿੰਘ ਲਾਲੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਹੈ, ਸਾਰਾ ਹੀ ਪਰਿਵਾਰ ਇਹ ਜੋ ਗੁਰੂ ਘਰ ਨੂੰ ਮਿਲਣ ਵਾਲਾ ਹੈ, ਗੁਰੂ ਘਰ ਦੀ ਹਰ ਸੇਵਾ ਦੇ ਸੱਥ ਬਿਠਾਉਂਦਾ ਹੈ। ਅੰਮ੍ਰਿਤ ਵੇਲੇ ਜਨਮ ਆਚਰਨ ਸਿੰਘ ਜੀ ਗੁਰੂ ਘਰ ਵਿਖੇ ਹਰ ਕੀ ਪੜ੍ਹਦੇ ਹਨ, ਸਾਡੇ ਵਿੱਚ ਹੁੰਦੇ ਹਨ, ਜੋ ਕਿ ਇਹ ਜੋ ਮੈਡਮ ਮਨਜਿੰਦਰ ਕੌਰ ਜੀ ਸਾਡੇ ਦਿਨ ਆਪਾਂ ਸਾਰਿਆਂ ਨੂੰ ਸਿੱਧੀ ਵਾਰ ਪੜ੍ਹ ਰਹੇ ਹਨ, ਉਹਨਾਂ ਦੀ ਅੰਤਮ ਲਾਭ ਦੇ ਵਿੱਚ ਕਤਲ ਹਨ। ਸਵੇਰੇ ਦਰਕ ਅਤੇ ਸੇਵਕ ਜਥੇਦਾਰ ਪੁੱਜ ਕੇ ਆ ਗਏ ਹਨ। ਸਰਦਾਰ ਦੀਪ ਸਿੰਘ ਜੀ ਕਿਰਨੀਆਂ ਉਹ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਕੇ ਗਏ ਹਨ। ਜਥੇਦਾਰ ਸੰਤਾ ਸਿੰਘ ਜੀ ਉਹ ਵੀ ਸੰਗਤ ਪੁੱਜੇ ਹਨ ਉਹਨਾਂ ਦੇ ਅੰਤਮ ਲਾਭ ਦੇ ਵਿੱਚ, ਔਰ ਜੋ ਸਰਬੱਤ ਸਿੰਘ ਜੀ ਮਾਲਕੀ ਹਨ ਉਹ ਉਹਨਾਂ ਦੇ ਪੇਕੇ ਪਰਿਵਾਰ ਵਿੱਚੋਂ ਹਨ, ਉਹ ਵੀ ਪਹੁੰਚੇ ਹਨ। ਪਰਿਵਾਰ ਵੱਲੋਂ ਭਾਈ ਸਾਹਿਬ ਦਾ ਬਹੁਤ ਧੰਨਵਾਦ ਹੈ ਜੋ ਕਿ ਉਹਨਾਂ ਦੀ ਅੰਤਮ ਅਦਾਲਤ ਵਿੱਚ ਕਤਰੇ ਹੋਣ। ਹੁਣ ਮੈਂ ਬੇਨਤੀ ਕਰਾਂ ਅੱਜ ਸਰਦਾਰ ਸੰਤਾ ਸਿੰਘ ਜਥੇਦਾਰ ਸੰਤਾ ਸਿੰਘ ਜੀ ਪੰਜ ਮਿੰਟ ਬਾਅਦ ਉਸ ਵਿਖੇ ਜੀ ਵਾਤਾ ਨੂੰ ਆਪਣੇ ਸਰਬਾਂ ਦੇ ਕੋਲ ਭੇਟ ਕਰਨਗੇ। ਜੀਵਨ ਦੀ ਕੀ ਹੈ ਕਿ ਤੇਰਾ ਰੋਲ ਕੀ ਹੈ ਜ਼ਿੰਦਗੀ ਦਾ,
मौका मिलता मार भेजा संसार से वो कहते ये जो ड्रामा हो रहा संसार का तमाशा हो रहा है मैं भी आया कभी तरपाशा ने खुद किया कि मैं भी आया ड्रामा देखने वास्ते ड्रामे में जीव का आप देखते हैं उन्होंने वचन अनुसार मैं हूँ परम पुरुष को दस साल देखने आयो जग का तमाशा ये जो तमाशे की मैं भी आया ये अज का ये जग का तमाशा हो रहा है ड्रामा हो रहा है ये जुगत हो रहे काल पाए ब्रह्मा भक्तर काल पाए शिवजू होता काल पाए कर विषण प्रकाशा सकल काल का किया तमाशा सारे जगह सुंदर है मैं भी आया मैं भी अपना जिंदगी का एक रोल अदा करना है जिम्मेवारी निभाना है जो मार्ग ने सामने दे दी और शेक्सपियर अंग्रेजी का बहुत कुछ कोटी नष्ट है पोएट है राइटर है उन्हें भी किया है कि दिस वर्ल्ड इन दिस स्टेज वी आर ऑल एक्टर्स एंड एक्ट्रेसेस ये जी संसार है कि साढ़े स्टेज दिखी है मार्ग ने जिम्मे एक कोई ड्रामा आप देख रहे हैं कोई नाटक देखते हैं उसके पात्र होंगे वो अपने आप रोल अदा करते हैं आप जो वो ड्रामा खत्म होंगे ना उस बाद जो देखने दर्शक होंगे ने स्रोते होंगे ने वो कहते बहुत बढ़िया सी फलाने का रोल बहुत बढ़िया सी फलाने के डायलॉग बोलने का ढंग बड़ा बढ़िया सी इसकी कहानी बढ़िया सी जिंदगी भी ये नहीं है जान तो बाद इस संसार की स्टेज तो चले जान तो बाद आप सज्जन सारे तुम बैठे हो सियाने आप कमेंट करते हैं उसे चर्चा करते हैं तो उनका जीवन क्यों हो जाए बढ़िया बाकी क्या बढ़िया अपनी परिवार की जिम्मेदारी बढ़िया समाज की जीव की बढ़िया अध्यापक की या पक्ष कर रहे हैं इस तरह जिंदगी सारी सारे की है तो इस गल की चलो संसार को जाना जानता दुख हम रहे क्योंकि छोटा शब्द ही दुख का लखाएक है और उस दुख के अब परिवार ग्रस्त है सरकार लोग मान सिंह जीवन साथी बच्चों की माता जी और परिवार के समाज में जीता चलिया जाना घाटा होंगे समाज में भी चंगे व्यक्तियों का चले जाता बहुत बड़ा घाटा जो सारे परिवार के जो शरीफ होने वास्ते सारे आए हैं दस अपने वालों अपनी पार्टी श्रोमी अकाली दल वालों ये सारा कड़ी समुची जथेबंदी वालों परिवार के जो शरीफ होंगे हुआ असं जी उसका अरदास की है पहला और ये बेनती भी करिए कि मेरे घर जी हो सब को तेरे वास्त असं जोर लाई कि किस घर हम सक है जो सब है जिमें वास्ते थोड़ा पता नहीं जमा वाहू जी का करता और ਵਾਹਿਗੁਰੂ ਜੀ ਅੱਜ ਆਪਾਂ ਸਾਰੇ ਭੈਣ ਰਜਿੰਦਰ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ ਜਿੱਥੋਂ ਤੱਕ ਇਹ ਪਰਿਵਾਰ ਦੇ ਨਾਲ ਰਿਲੇਸ਼ਨ ਦੇ ਮੇਰੇ ਰਿਲੇਸ਼ਨ ਹੈ ਮੈਨੂੰ ਇਹ ਪਰਿਵਾਰ ਦਾ ਪਤਾ ਹੈ ਅਤੇ ਉਹ ਮੈਂ ਜੋ ਗੱਲਾਂ ਵਿਚਾਰ ਮੈਂ ਤੁਹਾਡਾ ਸਾਂਝੀਆਂ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਬੀਬੀ ਰਜਿੰਦਰ ਕੌਰ ਜੀ ਦੇ ਜੀ ਨੇ 11 मई 1952 ਪਿੰਡ ਮਾਨਕੀ ਵਿੱਚ ਸਰਦਾਰ ਗੁਰਦੇਵ ਸਿੰਘ ਜੀ ਦੇ ਘਰ ਮਾਤਾ ਸੁਰਜੀਤ ਕੌਰ ਜੀ ਦੀ ਕੁੱਖੋਂ ਜਨਮ ਲਿਆ ਜਿਹੜੇ ਕਿ ਇੱਕ ਬਹੁਤ ਹੀ ਵਧੀਆ ਪਰਿਵਾਰ ਦੇ ਵਿੱਚ ਜਨਮ ਅਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਐਜੂਕੇਸ਼ਨ ਦੀ ਲਾਈਫ ਬਤੀਤ ਕੀਤੀ ਐਜੂਕੇਸ਼ਨ ਪ੍ਰਾਪਤ ਕੀਤੀ ਅਤੇ ਇੱਕ ਅਧਿਆਪਕ ਦੇ ਵਜੋਂ ਸਿੱਖਿਆ ਵਿਭਾਗ ਦੇ ਵਿੱਚ ਨੌਕਰੀ ਹੈ ਜੀ ਆਪਣੀ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਨੌਕਰੀ ਹੈ ਸਰਕਾਰੀ ਮਿਡਲ ਸਕੂਲ ਚਾਰਸੋਂ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਜਿੱਥੋਂ ਸ਼ੁਰੂ ਕੀਤੀ ਹੈ ਉੱਥੇ ਲਗਭਗ ਇਹਨਾਂ ਨੇ 3 ਸਾਲ ਵਰਤ ਕੀਤੀ ਅਤੇ ਉਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸਾਹਿਬ ਅਤੇ ਉੱਥੇ ਵੀ ਇਹਨਾਂ ਨੇ ਲਗਭਗ 5-7 ਸਾਲ ਕੀਤੀ ਹੈ ਉਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਸੇ ਅਤੇ ਉੱਥੇ ਵੀ ਲਗਭਗ ਇਹਨਾਂ ਨੇ 6-7 ਸਾਲ ਸਰਵਿਸ ਕੀਤੀ ਹੈ ਉਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਨਾਗਰਾ ਵਿਖੇ ਇਹਨਾਂ ਨੇ ਆਪਣੀਆਂ ਸੇਵਾਵਾਂ ਲਵਾਈਆਂ ਨੇ 5-6 ਸਾਲ ਅਤੇ ਫਿਰ ਸਰਕਾਰੀ ਹਾਈ ਸਕੂਲ ਘਰਾਂ ਵਿਖੇ ਇਹਨਾਂ ਨੇ ਆਪਣੀ ਜਿਹੜੀ ਸੇਵਾ ਨਿਭਾਈ ਹੈ 6-7 ਸਾਲ ਅਤੇ ਘਰਾਂ ਸਕੂਲ ਦੇ ਵਿੱਚ ਦਾਸ ਨੂੰ ਵੀ ਇਹਨਾਂ ਦੇ ਨਾਲ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਸੀ ਕਿਉਂਕਿ ਮੈਂ ਵੀ ਸਰਕਾਰੀ ਹਾਈ ਸਕੂਲ ਘਰਾਂ ਤੋਂ ਰਿਟਾਇਰ ਹੋਇਆ ਲਗਭਗ 34-35 ਸਾਲ ਨੌਕਰੀ ਸੇਵਾ ਕੀਤੀ ਹੈ ਅਤੇ ਉਸ ਸਮੇਂ ਮੈਂ ਵੀ ਉਸ ਸਕੂਲ ਸੀ ਅਤੇ ਸਾਡੇ ਭੈਣ ਰਜਿੰਦਰ ਕੌਰ ਵੀ ਉਸ ਸਕੂਲ ਵਿੱਚ ਪੜ੍ਹਾਉਂਦੇ ਸੀ ਅਤੇ ਉਸ ਤੋਂ ਬਾਅਦ ਇਹ ਆਏ ਨੇ ਸਰਕਾਰੀ ਹਾਈ ਸਕੂਲ ਖੱਟਾ ਵਿੱਚ ਅਤੇ ਸਰਕਾਰੀ ਹਾਈ ਸਕੂਲ ਖੱਟਾ ਵਿੱਚ ਇਹਨਾਂ ਨੇ ਲਗਭਗ 14 ਸਾਲ ਇਹ ਸਰਵਿਸ ਨਿਭਾਈ ਹੈ ਅਤੇ ਖੱਟਾ ਤੋਂ ਇਹ 31 ਮਈ 2000 ਵਿੱਚ ਰਿਟਾਇਰ ਹੋਏ
लगभग इन्हों के सिक्ख्या विभाग के लिए जो मैं सेवा 40 साल के लगभग सेवा निभाई जी कि बहुत ही शानदार जिते भी गए ने इन्हों ने अपना नाम ना कटिया बहुत ही शानदार सेवा निभाई ने क्योंकि जो विद्या का कार्य है ये साडे समाज के बहुत बड़ी जिम्मेवारी है एक बच्चों को सही सीध देनी सही रास्ते पाना जिहड़ा कि इन्होंने अपने समय के बहुत ही वधिया ढंग के सेवा निभाई जिस स्कूल भी गए हैं उत्थे इन्होंने अपना नाम ना कटिया इज्जत मान अपना बधाया क्योंकि जो भी मतलब सभी सरदार अमरजीत सिंह इन्हों के धर्मपति भैन रविंदर कौर जी ये परिवार मतलब सब तो बड़े थे बादशाह अमरजीत सिंह जी अपने पंजा भैन भरावों के बड़े थी ते दो भैन ने दो भरा छोटे थे इन्होंने मतलब अपने मदर के फादर के नाल मिल के सारे मतलब कबीलदारी जी जो आप कबीलदारी पंजाबी वरतते हैं कि वह नेत्रे जारी छोटे भैन भरा मतलब एजुकेशन दौर तक तो उन्होंने संस्था लाने से और उन्होंने जो कार्य थे सारे मतलब इन्होंने अपने माता पिता के नाल मिल के हैं जो बहुत चेचे ढंग के नाल नेत्रे जाने तो इदा का मतलब कुंगण सियाणी आ भैन बहुत घट परिवार को मिलती है तो इस नायना इस परिवार में मतलब बहुत ज़्यादा घाटा पड़ा क्योंकि हूँ इस उम्र के जाके एक जीवन साथी को अपने जीवन साथी की बहुत लोड़ पड़ती है क्योंकि मास्टर जी अमरजीत सिंह भैन रजेंद्र कौर जी ये दो अपने पूरे पिंड खट्टा बहुत वधिया आपके आपके परिवार चलाते थे क्योंकि इन्हों का बेटा जरा प्रदीप सिंह लाडी इन प्यार लाडी कहा जाता वो तो आस्ट्रेलिया में स्थित ने तो इन्हों की बेटी है जी निहाल सिंह वाला बह हुई है तो वो भी बहुत कुछ समय पहले जरा दुख पे परिवार बहुत बड़ा पर फिर भी इन्होंने अपनी कणक के घर उस दुख में जरा मतलब पार करने की कोशिश की है पर वह जो टाइम है मतलब वेट कर रखा है तो हम मतलब इस परिवार को भैन रविंदर कौर की बहुत ज़्यादा लोड़ थी खास करके बेटी को क्योंकि एक बेटी है जी अपनी माँ का हर घर कर सकती है जी कि होते नहीं कर सकते तो इस घाटा जो मतलब ना भुलाने वाला है परिवार तो अंत में मैं हम बहुत कोई ना कहना हो समा भी काफ़ी है तो हम मैं बेनती करना सरदार हरवंत सिंह जी से ये भी अपने विचार है जो साझे करेंगे सरदार हरवंत सिंह जी से औखा करना है जिस दिन पहले दिन मैं आपके सामने जी सुनने मिलया अफसोस के आया है उठ के मेरे नाल इस ढंग नाल पढ़िया लिखा एक बंदा सारी दुनिया हटिया होया गल लग के इधर होया तो मेरा अपना मन इन्ना बदला पै गया कि मौत का सानू पता है उसके बावजूद भी यह विछोड़ा सानू इन्ना तंग करता है हालांकि पता सानू सारे भाई साहब जी ने कीर्तन किया है कथा की है लगातार घंटा भर लिए बाणी के नाल जुड़े हैं ਉਹਦੇ ਬਾਵਜੂਦ ਵੀ ਹਕੀਕੀ ਤੌਰ 'ਤੇ ਇਹ ਵਿਛੋੜਾ ਸਾਨੂੰ ਇੰਨਾ ਤੰਗ ਕਰ ਜਾਂਦਾ ਹੈ ਉਹਦਾ ਕਾਰਨ ਆ ਸੰਸਾਰ ਦਾ ਪ੍ਰੇਮ ਹੈ ਜਿਹੜਾ ਉਹਨੇ ਜਥੇਦਾਰ ਸਾਹਿਬ ਕਹਿ ਵੀ ਗਏ ਅਮੈਰੀਕਾ ਸਾਹਿਬ ਨੇ ਜਿਹੜੀ ਗੱਲ ਕਹੀ ਨਾ ਬੜੀ ਪਤੇ ਦੀ ਗੱਲ ਹੈ ਆਹ ਜਿਹੜਾ ਪ੍ਰੇਮ ਹੈ ਜਿੱਥੇ ਅਸੀਂ ਧੀਆਂ ਪੁੱਤਰਾਂ ਭੈਣਾਂ ਭਰਾਵਾਂ ਸਕੇ ਸਰਬੰਧੀਆਂ ਗੋਲੀਆਂ ਨਾਲ ਵਿਚਰ ਰਹੇ ਹਾਂ ਨਾ ਇਸ ਪਲੇਟਫਾਰਮ ਦੇ ਉੱਤੇ ਜਿਹੜਾ ਸਾਡਾ ਇਹ ਰੰਗਮੰਚ ਹੈ ਇਹਦੇ ਵਿੱਚ ਅਸੀਂ ਇੰਨੇ ਪ੍ਰਵਿਰਤ ਹੋਏ ਹੋਏ ਹਾਂ ਸਾਨੂੰ ਚੇਤਾ ਹੀ ਭੁੱਲ ਜਾਂਦਾ ਹੈ ਕਿ ਅਸੀਂ ਰਾਜੇ ਦਾ ਪਾਠ ਪਲੇ ਕਰ ਰਹੇ ਹਾਂ ਕਿ ਭਿਖਾਰੀ ਦਾ ਕਰ ਰਹੇ ਹਾਂ ਚੌਕੀਦਾਰ ਦਾ ਕਰ ਰਹੇ ਹਾਂ ਅਸੀਂ ਪਾਠ ਕੀ ਪਲੇ ਕਰ ਰਹੇ ਸਾਨੂੰ ਉਹਦਾ ਚੇਤਾ ਹੀ ਭੁੱਲ ਜਾਂਦਾ ਅਸੀਂ ਉਹਦਾ ਰੂਪ ਹੀ ਬਣ ਜਾਂਦੇ ਹਾਂ ਉਹ ਹੀ ਬਣ ਜਾਂਦੇ ਹਾਂ ਹੁਣ ਬੀਬੀ ਜੀ ਦੀ ਗੱਲ ਮਾਸਟਰ ਜੀ ਦੱਸ ਰਹੇ ਸੀਗੇ ਇਹ
ਇਕੱਲਾ ਦੱਸਣ ਵਾਲਾ ਬੁੱਧਾ ਵਾਸਤਾ ਨਹੀਂ ਹੈ। ਗੱਲ ਯਾਦ ਆ ਗਈ, ਮਹਾਨ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਗੁਰਬਾਣੀ ਦੇ ਮੇਰੇ ਉਸਤਾਦ, ਜਿਹਨਾਂ ਕੋਲੋਂ ਵਿੱਦਿਆ ਮਿਲੀ ਹੈ। ਮੈਂ ਉਹਨਾਂ ਨੂੰ ਆਖਰੀ ਸਮੇਂ 'ਚ ਜਦੋਂ ਉਹਨਾਂ ਦੀ ਮਿਲਾਜ਼ਪੁਰ ਲਈ ਗਿਆ ਅਤੇ ਮੇਰੇ ਨਾਲ ਮੇਰੀ ਘਰਵਾਲੀ ਬੱਚੇ ਸੀਗੇ ਅੰਮ੍ਰਿਤਸਰ, ਮੈਂ ਉਹਨਾਂ ਦੇ ਗੋਡੀ ਹੱਥ ਲਾ ਕੇ ਕੋਲ ਮਿਲ ਕੇ ਜੱਫੀ ਪਾ ਕੇ ਬਾਅਦ ਵਿੱਚ ਜਦੋਂ ਮੈਂ ਤੁਰਿਆ ਘਰੋਂ ਮਿਲਿਆ ਨਹੀਂ ਉੱਥੋਂ, ਮੈਨੂੰ ਬੱਚਾ ਮੇਰਾ ਇੱਕ ਕਹਿੰਦਾ, ਬਾਬਾ ਜੀ ਇਹ ਬਜ਼ੁਰਗ ਕੌਣ ਸੀਗੇ? ਮੈਂ ਉਸ ਆਪਣੇ ਬੱਚੇ ਨੂੰ ਆਖਿਆ, ਇਹ ਮੇਰੇ ਵਿੱਦਿਆ ਗੁਰੂ ਹੈ, ਇਹਨਾਂ ਨੇ ਮੈਨੂੰ ਜੀਵਨ ਦਿੱਤਾ, ਮੇਰੀ ਵਿੱਦਿਆ ਨਹੀਂ ਦਿੱਤੀ, ਜੀਵਨ ਦਿੱਤਾ। ਉਹਨਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਲਿਖਿਆ ਨਾ, ਹੋਰ ਕਿਤਾਬਾਂ ਜਿਹੜੀਆਂ ਲਿਖੀਆਂ। ਪਰ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਵੀ ਜਿੰਨਾ ਰੋਲ ਮੇਰੇ ਮਾਂ ਪਿਓ ਦਾ ਹੈ ਮੇਰੇ ਜੀਵਨ ਵਿੱਚ, ਉਹ ਤੋਂ ਵੱਧ ਮੈਂ ਇਸ ਮਹਾਂਪੁਰਸ਼ ਦਾ ਸਮਝਦਾ ਜੋ ਉਹਨਾਂ ਨੇ ਵਿੱਦਿਆ ਦੇ ਨਾਲ ਨਾਲ ਮੈਨੂੰ ਜੀਵਨ ਦਿੱਤਾ, ਜੀਵਨ ਦਾ ਢੰਗ ਦਿੱਤਾ। ਇਹ ਜਿਹੜੇ ਉਸਤਾਦ ਹੁੰਦੇ ਨੇ, ਜਿਹੜੇ ਟੀਚਰ ਹੁੰਦੇ ਨੇ, ਗਿਆਨ ਦੇਣ ਵਾਲੇ ਹੁੰਦੇ ਨੇ, ਜਿਵੇਂ ਜਥੇਦਾਰ ਜੀ ਨੇ ਗੱਲ ਕਹੀ ਜਾਣ, ਇਹ ਤਾਂ ਸਾਡੇ ਸਮਾਜ ਦੇ ਉਸਰੇਜੇ ਹੈ, ਇਹਨਾਂ ਦੀ ਤਾਂ ਅਸੀਂ ਕੀਮਤ ਪਾ ਹੀ ਨਹੀਂ ਸਕਦੇ। ਜਿਵੇਂ ਮਾਂ ਪਿਓ ਦੀ ਅਸੀਂ ਕੀਮਤ ਨਹੀਂ ਨਾ ਪਾ ਸਕਦੇ, ਕੋਈ ਕੀਮਤ ਨਹੀਂ ਪਾ ਸਕਦਾ ਮਾਂ ਪਿਓ ਦੀ। ਇਸੇ ਤਰ੍ਹਾਂ ਇਹ ਜਿਹੜਾ ਜੀਵਨ ਹੈ ਸਾਡਾ, ਮਾਫ ਕਰਦਾ ਮੈਂ ਹੁਣ ਸਿਰੇ ਦੇ ਆਹ ਜਿਹੜੇ ਦੋ ਚਾਰ ਮਿੰਟ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਨਾ, ਭਾਵੇਂ ਸਮਾਂ ਹੋ ਗਿਆ ਤੁਹਾਡਾ ਸਾਰਿਆਂ ਦਾ, ਪਰ ਫਿਰ ਵੀ ਆਹ ਜਿਹੜਾ ਸਮਾਂ ਜੀਵਨ ਨਹੀਂ ਅਸੀਂ ਸੁਣਾ ਰਹੇ, ਉਹ ਸਾਡੇ ਕੋਲੋਂ ਅਲੋਪ ਹੋ ਚੁੱਕੇ ਹੈ ਸਰੀਰ ਕਰਕੇ। ਆਹ ਜਿਹੜੀ ਸਿੱਖਿਆ ਹੈ ਜਾਂ ਬਾਣੀ ਹੈ ਜਾਂ ਕੀਰਤਨ ਹੈ ਜਾਂ ਕਥਾ ਹੈ ਜਾਂ ਜੋ ਕੁਛ ਵੀ ਹੋ ਰਿਹਾ ਹੈ, ਅਸੀਂ ਉਹਨਾਂ ਲਈ ਕਰ ਰਹੇ ਜਿਹੜੇ ਅਸੀਂ ਹੁਣ ਇਸ ਵੇਲੇ ਬੈਠੇ ਹਾਂ, ਉਹਨਾਂ ਲਈ ਹੈ। ਜਦ ਤੱਕ ਦੁਨੀਆਂ ਨਹੀਂ ਹੈ, ਨਾਨਕ ਕਿਸ ਸੁਣੀਏ ਕਿਸ ਜਿਸ ਤਰ੍ਹਾਂ ਜਦੋਂ ਵੀ ਕਲਾਸਾਂ ਕੁਛ ਹੋਇਆ
ਮੇਰੇ ਚਾਚਾ ਦੀ ਮੌਤ ਹੋਈ ਬੜੀ, ਕਿਉਂਕਿ ਇੱਕ ਮੌਤ ਦੀ ਉਹ ਹੁੰਦੀ ਆ ਆਪਾਂ ਜੋ ਦੇਖਦੇ ਹਾਂ ਮੈਂ ਵੀ ਲੋਕ ਜਦੋਂ ਉਮਰ ਦੇ ਹਿਸਾਬ ਨਾਲ ਜਦੋਂ ਪਰਿਵਾਰ ਦੀ ਮੌਤ ਹੁੰਦੀ ਉਹਦਾ ਕੋਈ ਬਹੁਤ ਪੁਰਾਣਾ ਹੁੰਦਾ, ਜਦੋਂ ਭਾਜਵਾਨੀ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਵਿਛੋੜਾ ਦੇ ਕੇ ਜਾਂਦਾ ਤਾਂ ਬੜਾ ਦੁੱਖ ਲੱਗ ਜਾਂਦਾ ਜੀਵਨ ਨੂੰ। ਮੈਂ ਦੇਖਿਆ ਜਦੋਂ ਚਾਚਾ ਜੀ ਉਹਦੀ ਰਵਿੰਦਰ ਚਾਚਾ ਜੀ ਦੀ ਮੌਤ ਹੋਈ ਉਸ ਵੇਲੇ ਸਾਡਾ ਸਾਰਾ ਪਰਿਵਾਰ ਟੁੱਟ ਗਿਆ ਸੀ ਇੱਕ ਤਰ੍ਹਾਂ ਦਾ, ਸਾਡੇ ਪਰਿਵਾਰ ਨੂੰ ਉਸ ਪਰਿਵਾਰ ਨੂੰ ਬੜਾ ਦੁੱਖ ਲੱਗਣਾ ਸੀ। ਚਲੋ ਗੁਰੂ ਮਹਾਰਾਜ ਦੀ ਕਿਰਪਾ ਹੋਈ ਬੜੇ ਦੁੱਖ ਚੱਲਦੇ ਚੱਲਦੇ ਫਿਰ ਜਦੋਂ ਸਭ ਤੋਂ ਵੱਡਾ ਦੁੱਖ ਜਦੋਂ ਮਾਤਾ ਜੀ ਨੇ ਜਿਸ ਤਰ੍ਹਾਂ ਕਿਹਾ ਸਰਦਾਰ ਇਕਬਾਲ ਸਿੰਘ ਜੀ ਦਾ ਵਿਛੋੜਾ ਜੋ ਭੂਆ ਜੀ ਦੇ ਵੀ ਵੀ ਗੱਲਾਂ ਦੀ ਹੈ ਬਹੁਤ ਵੱਡਾ ਦੁੱਖ ਸੀ, ਕਿਉਂਕਿ ਉਹਦਾ ਸੁਭਾਅ ਵੀ ਇੱਕ ਆਪਾਂ ਗੱਲ ਕਰਦੇ ਹਾਂ ਉਹਦਾ ਸੁਭਾਅ ਵੀ ਬੱਚੇ ਦਾ ਬੜਾ ਵਧੀਆ ਸੀ, ਜਿਹੜਾ ਮਿਲਦਾ ਸੀ ਬਸ ਉਹਦਾ ਹੀ ਬਣ ਜਾਂਦਾ ਸੀ, ਹਰ ਕੋਈ ਪਿਆਰ ਕਰਦਾ ਸੀ। ਉਹਦਾ ਵਿਛੋੜਾ ਵੀ ਪਰਿਵਾਰ ਨੂੰ ਬੜਾ ਦੁੱਖ ਦੇ ਕੇ ਗਿਆ। ਅਤੇ ਦੱਸੋ ਵੀ ਤੁਸੀਂ ਸਾਰੇ ਅੱਜ ਮੇਰੇ ਸਰਦਾਰ ਨੂੰ ਫੁੱਕਰ ਦੀ ਸਰਦਾਰ ਮੰਨੀ ਸੀ ਅਤੇ ਦੁੱਖ ਦੇ ਵਿੱਚ ਅਸਾਇਆ ਦੁੱਖ ਮਨਾਇਆ ਪਰਿਵਾਰ ਦੇ ਨਾਲ ਤੁਹਾਡਾ ਸਾਰੇ ਦਾ ਪ੍ਰਵਾਸ ਕਰਦੇ ਹਾਂ। ਸਾਬਕਾ ਸਿੰਘ ਜੀ ਮਹਿਤਪੁਰੀ ਜੋ ਸਰਕੇ ਦੇ ਕੰਮ ਕਰਦੇ ਜਾਂਦੇ ਜੋ ਵੀ ਹੈ ਉਹਨਾਂ ਨੂੰ ਕੀ ਆਇਆ ਕਰਦੇ ਹਾਂ ਸਾਰੀ ਸੰਗਤ ਜਿਹੜੀ ਇਸ ਪਰਿਵਾਰ ਦੇ ਨਾਲ ਸੁੱਖ ਸਾਂਝਾ ਕਰਨ ਵਾਸਤੇ ਆਈ ਹੈ। ਮੈਂ ਆਪਣੇ ਕੋਲੋਂ ਆਪਣੇ ਪਰਿਵਾਰ ਨੂੰ ਸਾਰੀ ਸੰਗਤ ਦਾ ਪ੍ਰਵਾਸ ਕਰਦਾ ਧੰਨ ਧੰਨ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦਾ ਉਸ ਵਿੱਚ ਵੀ ਗੁਰੂ ਵਾਹਿਗੁਰੂ ਆਪਣੇ ਚਾਦਰ ਸਨਮਾਨ ਕਰਕੇ ਸਾਨੂੰ ਸਾਰਿਆਂ ਨੂੰ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਿੰਦਰ ਕੌਰ ਜੀ ਨੂੰ ਮੁਕਾਇ ਸਾਦਾ ਰੋਪੈ ਕੀ ਕਰਾਂ ਤੇ ਹੁਣ ਇਸ ਪਰਿਵਾਰ ਵੱਲੋਂ ਭੈਣ ਰਜਿੰਦਰ ਕੌਰ ਜੀ ਦੇ ਅੰਤਮ ਅਰਦਾਸ ਦੇ ਸਮੇਂ ਉਸ ਸੇਵਾ ਜਿਹੜੀ ਉਹਨਾਂ ਗੁਰਦੁਆਰਾ ਸਾਹਿਬ ਨੂੰ ਅਤੇ ਉਹ ਸਕੂਲ ਦੋਵੇਂ ਸਕੂਲ ਨੇ ਰਖਾਣੇ ਉਹਨਾਂ ਨੂੰ ਭੇਜ ਦਿੱਤੀ ਹੈ। ਉਹ ਹੈਗੀ ਵੀ ਮੈਂ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਖੱਟਣਾ ਲੰਗਰ ਵਾਸਤੇ ਕਲੱਤਰ ਸਾਹਿਬ ਕੀ ਕਰਦਾ ਹੈ ਇਹਦੇ ਕਮੇਟੀ ਦੇ ਪ੍ਰਧਾਨ ਜਾਂ ਕੋਈ ਹੋਰ ਮੈਂਬਰ ਜਿਹੜਾ ਆ ਕੇ ਸੇਵਾ ਪੜ੍ਹ ਰਿਹਾ ਹੈ ਉਸ ਤੋਂ ਅੱਗੇ ਵੀ ਸਰਕਾਰੀ ਹਾਈ ਸਕੂਲ ਕੱਟਣਾ ਉਹਦੇ ਲਈ ਵੀ 52,000 ਰੁਪਈਏ ਸੇਵਾ ਜਿਹੜੀ ਦਿੱਤੀਆਂ ਨੇ ਅਤੇ ਆਈ ਸੀ ਉਹਦੇ ਆਪਣੇ ਸਟਾਫ ਮੈਂਬਰ ਆਏ ਵੀ ਹੈ ਕੱਟਣਾ ਤੋਂ ਉਹਨਾਂ ਦਾ ਵੀ 2,100 ਰੁਪਈਆ ਜੀ ਸੇਵਾ ਰੁਪਈਆ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੱਟਣਾ